ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਵਡਾਲਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਡਾਲਾ 'ਚ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਹਸਤੀਆਂ ਵਡਾਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੀਆਂ। ਬਹੁਤ ਵੱਡਾ ਘਾਟ ਸਾਡੀ ਪਾਰਟੀ ਨੂੰ ਹੈ। ਉਹ ਉਸ ਸਮੇਂ ਦੇ ਲੀਡਰ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਘਰਸ਼ ਪਾਰਟੀ ਵਾਸਤੇ ਕੀਤਾ। ਉਹਨਾਂ ਨੇ ਜਿੰਨੀਆਂ ਸਾਲਾਂ ਜੇਲ੍ਹਾਂ ਖੱਟੀਆਂ, ਕੁਰਬਾਨੀਆਂ ਦਿੱਤੀਆਂ, ਜੋ ਵੀ ਇਸ਼ੂਜ਼ ਪਬਲਿਕ ਦੇ ਸੀ ਉਹ ਉਠਾਉਂਦੇ ਸੀ ਅਤੇ ਜੇਲ੍ਹਾਂ 'ਚ ਜਾਂਦੇ ਸੀ, ਸੰਘਰਸ਼ ਕਰਦੇ ਸੀ, ਅਤੇ ਅੱਜ ਉਹ ਜਿਹੇ ਲੀਡਰ ਆਪਣੇ ਵਿੱਚ ਨਹੀਂ ਹੈ ਤਾਂ ਬਹੁਤ ਵੱਡੀ ਕਮੀ। ਦੱਸ ਦਈਏ ਕਿ ਕੁਲਦੀਪ ਸਿੰਘ ਵਡਾਲਾ ਦੀ 6 ਜੂਨ ਨੂੰ ਅਚਾਨਕ ਮੌਤ ਹੋ ਗਈ ਸੀ। ਜਲੰਧਰ ਤੋਂ ਸੁਨੀਲ ਮਹਾਜਨ, ਜਗਬਾਣੀ ਟੀਵੀ।